ਪਿੰਡ ਪਲਾਸੌਰ ਦੀ ਵਸਨੀਕ ਅਨੁਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੂੰ ਬਠਿੰਡਾ ਵਿਖੇ ਹੋਏ ਸੂਬਾ ਪੱਧਰੀ ਬਾਕਸਿੰਗ ਦੇ ਖੇਡ ਮੁਕਾਬਲਿਆਂ ਦੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਸਨਮਾਨਿਤ ਕਰਕੇ ਆਸ਼ੀਰਵਾਦ ਦਿੱਤਾ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਦੇ ਨਾਲ ਜੋੜਨ ਦੇ ਲਈ ਚਲਾਈ ਗਈ ਮੁਹਿੰਮ ਖੇਡਾਂ ਵਤਨ ਪੰਜਾਬ ਦੀਆਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਬੱਚੀਆਂ ਤੇ ਵਿਦਿਆਰਥੀ ਇਹਨਾਂ ਨੂੰ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੇ ਨੇ। ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਗਰਾਊਂਡ ਬਣਾਈਆਂ ਜਾ ਰਹੀਆਂ ਨੇ ਅਤੇ ਖਿਡਾਰੀਆਂ ਨੂੰ ਕਿੱਟਾਂ ਤੇ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ। ਵਿਧਾਇਕ ਸੋਹਲ ਨੇ ਕਿਹਾ ਕਿ ਪਲਾਸੌਰ ਦੀ ਅਨੁਰੀਤ ਕੌਰ ਨੇ ਸੂਬਾ ਪੱਧਰੀ ਮੁਕਾਬਲਿਆਂ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਿੱਥੇ ਕਿ ਮਾਪਿਆਂ ਦੇ ਨਾਲ ਨਾਲ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ। ਸੋ ਇਸ ਮੌਕੇ ਉਹਨਾਂ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਆ ਕਿ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਜੁੜਿਆ ਜਾਵੇ। ਇੱਥੇ ਜੀ ਅੱਜ ਪਲਾਸੌਰ ਵਿਖੇ ਪਹੁੰਚੇ ਹਾਂ, ਜਿੱਥੇ ਸਾਡੀ ਬੇਟੀ ਅਨੁਰੀਤ ਜਿਹੜੀ ਕਿ ਪਲੱਸ ਵਨ ਦੀ ਵਿਦਿਆਰਥਣ ਆ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ, ਉਹਨੇ ਬਾਕਸਿੰਗ ਦੇ ਵਿੱਚ ਜਿੱਥੇ ਜ਼ਿਲ੍ਹੇ ਦੇ ਵਿੱਚੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਦੌਰਾਨ ਗੋਲਡ ਮੈਡਲ ਹਾਸਲ ਕੀਤਾ ਵਾ, ਉੱਥੇ ਉਸਨੇ ਸਕੂਲ ਦੀਆਂ ਜਿਹੜੀਆਂ ਗੇਮਾਂ ਨੇ ਡਿਪਾਰਟਮੈਂਟਲ ਉਹਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚੋਂ ਗੋਲਡ ਹਾਸਲ ਮੈਡਲ ਹਾਸਲ ਕੀਤਾ, ਅਤੇ ਜੋ ਸੂਬਾ ਪੱਧਰੀ ਖੇਡਾਂ ਹੋਈਆਂ ਨੇ ਬਾਕਸਿੰਗ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਉਹਦੇ ਵਿੱਚੋਂ ਜਿਹੜਾ ਸਿਲਵਰ ਮੈਡਲ ਹਾਸਲ ਕੀਤਾ ਅਤੇ ਦੂਸਰੇ ਨੰਬਰ 'ਤੇ ਸਾਰੇ ਪੰਜਾਬ ਦੇ ਵਿੱਚੋਂ ਰਹੀ ਆ। ਸੋ ਮੈਂ ਜਿੱਥੇ ਬੇਟੀ ਅਨੁਰੀਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ, ਉੱਥੇ ਉਹਨਾਂ ਦੇ ਪਰਿਵਾਰ ਨੂੰ, ਪਿੰਡ ਪਲਾਸੌਰ ਨੂੰ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਕਿ ਬੇਟੀ ਨੇ ਜਿੱਥੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਵਾ, ਉੱਥੇ ਇਸਨੇ ਪਲਾਸੌਰ ਪਿੰਡ ਦਾ ਅਤੇ ਤਰਨ ਤਾਰਨ ਜ਼ਿਲ੍ਹੇ ਦਾ ਨਾਂ ਵੀ ਰੌਸ਼ਨ ਕੀਤਾ। ਸੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜਾ ਵਾ ਪੰਜਾਬ ਦੇ ਵਿੱਚ ਖੇਡ ਕਲਚਰ ਪੈਦਾ ਕਰਨਾ ਵਾ, ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜਾ ਵਾ ਉਹ ਖੇਡਾਂ ਵਾਲੇ ਪਾਸੇ ਲਾਉਣਾ ਵਾ। ਸੋ ਉਹਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਜ਼ਿਲ੍ਹੇ ਤਰਨ ਤਾਰਨ ਦੇ ਵਿੱਚੋਂ ਖਿਡਾਰੀਆਂ ਨੇ ਭਾਗ ਲਿਆ ਅਤੇ ਲੱਖਾਂ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਦੇ ਵਿੱਚੋਂ ਇਹਨਾਂ ਦੇ ਵਿੱਚ ਭਾਗ ਲੈ ਰਹੇ ਨੇ। ਸੋ ਜਿਹੜੀਆਂ ਸਕੂਲ ਲੈਵਲ 'ਤੇ ਖੇਡਾਂ ਚੱਲਦੀਆਂ ਸੀ ਉਹਨਾਂ ਨੂੰ ਵੀ ਬਹੁਤ ਉਤਸ਼ਾਹਿਤ ਕੀਤਾ ਜਾ ਰਿਹਾ ਵਾ, ਪਹਿਲਾਂ ਨਾਲੋਂ ਜਿਹੜਾ ਵਾ ਵੱਧ ਉਤਸ਼ਾਹ ਜਿਹੜਾ ਦੇਖਣ ਦੇ ਵਿੱਚ ਮਿਲ ਰਿਹਾ ਵਿਦਿਆਰਥੀਆਂ ਦੇ ਵਿੱਚ ਖੇਡਾਂ ਦੇ ਪ੍ਰਤੀ। ਸੋ ਇਹ ਭਗਵੰਤ ਮਾਨ ਸਰਕਾਰ ਹੀ ਆ ਜਿਸ ਨੇ ਪੰਜਾਬ ਦੇ ਵਿੱਚ ਖੇਡ ਕਲਚਰ ਪੈਦਾ ਕਰਨ ਦਾ ਜਿਹੜਾ ਵਾ ਧਈਆ ਕੀਤਾ। ਸੋ ਮੈਂ ਪਰਮਾਤਮਾ ਦੇ ਗੜੀ ਅਰਦਾਸ ਕਰਦਾ ਵਾਂ ਕਿ ਇਸ ਬੱਚੀ ਨੂੰ ਪਰਮਾਤਮਾ ਹੋਰ ਬਲ ਬਖਸ਼ੇ ਤਾਂ ਕਿ ਜਿੱਥੇ ਇਸਨੇ ਪਹਿਲਾਂ ਪਿੰਡ ਦਾ ਨਾਂ ਰੌਸ਼ਨ ਕੀਤਾ, ਆਪਣੇ ਮਾਪਿਆਂ ਦਾ ਕੀਤਾ, ਜ਼ਿਲ੍ਹੇ ਦਾ ਕੀਤਾ, ਉੱਥੇ ਇਹ ਬੱਚੀ ਸੂਬੇ ਦਾ ਨਾਂ ਰੌਸ਼ਨ ਕਰੇ, ਸਾਡੇ ਦੇਸ਼ ਦਾ ਨਾਂ ਰੌਸ਼ਨ ਕਰੇ ਅਤੇ ਹੋਰ ਵੱਡੀਆਂ ਮੱਲਾਂ ਮਾਰੇ, ਪਰਮਾਤਮਾ ਇਸ ਨੂੰ ਕਾਮਯਾਬੀ ਬਖਸ਼ੇ।
ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਇਹਦੇ ਵਿੱਚ, ਮੇਰੇ ਟੀਚਰ ਸਾਹਿਬਾਨ, ਮੇਰੇ ਘਰਦਿਆਂ ਦਾ ਬਹੁਤ ਸਹਿਯੋਗ ਰਿਹਾ ਹੈ ਮੈਨੂੰ, ਜਿਹੜਾ ਇਸ ਗੇਮ ਦੇ ਵਿੱਚ ਮੇਰੇ ਮਲਕੀਤ ਮੈਮ ਨੇ, ਜਿਹੜੇ ਕੋਚ ਨੇ ਮੇਰੇ, ਉਹਨਾਂ ਨੇ ਮੈਨੂੰ ਬਹੁਤ ਜਿਹੜਾ ਵਾ ਇਹਦੇ ਵਿੱਚ ਸਹਿਯੋਗ ਦਿੱਤਾ, ਉਹਨਾਂ ਨੇ ਹੀ ਮੈਨੂੰ ਟ੍ਰੇਨਿੰਗ ਕਰਵਾਈ ਹੈ, ਉਹਨਾਂ ਦੇ ਕਹਿਣ 'ਤੇ ਹੀ ਮੈਂ ਗਈ ਹਾਂ, ਅਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੈ ਕਿ ਮੈਂ ਅੱਜ ਜ਼ਿਲ੍ਹੇ ਦੇ ਵਿੱਚੋਂ ਵੀ ਫਸਟ ਆਈ ਹਾਂ ਔਰ ਪੰਜਾਬ ਸੂਬਾ ਪੱਧਰੀ 'ਤੇ ਵੀ ਮੈਂ ਸੈਕਿੰਡ ਪੁਜੀਸ਼ਨ ਹਾਸਲ ਕੀਤੀ ਹੈ, ਇਸ 'ਤੇ ਮੈਂ ਬਹੁਤ ਖੁਸ਼ ਹਾਂ, ਮੇਰੇ ਘਰਦਿਆਂ ਨੂੰ ਵੀ ਇਸ 'ਤੇ ਬਹੁਤ ਖੁਸ਼ੀ ਹੈ, ਮੇਰੇ ਪੇਰੈਂਟਸ ਨੂੰ, ਮੇਰੇ ਟੀਚਰ ਸਾਹਿਬਾਨ ਨੂੰ ਵੀ ਇਸ 'ਤੇ ਬਹੁਤ ਖੁਸ਼ੀ ਹੈ ਕਿ ਮੈਂ ਇੰਨਾ ਮਤਲਬ ਜਿੱਤ ਕੇ ਆਈ ਹੋਈ ਹਾਂ। ਛੇ ਮਹੀਨਿਆਂ ਤੋਂ ਪਿੰਡ ਵਾਸੀ ਨੇ ਬੜਾ ਵੱਡਾ ਤੁਹਾਡਾ ਪ੍ਰੋਗਰਾਮ ਕੀਤਾ, ਤੁਹਾਡਾ ਸਵਾਗਤ ਕੀਤਾ, ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਆ? ਹਾਂਜੀ, ਉਹਦੇ ਵਿੱਚ ਤਾਂ ਖੁਸ਼ੀ ਹੈਗੀ ਆ, ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਇਸ ਸਾਰੇ ਸਹਿਯੋਗ ਦੇ ਵਿੱਚ MLA ਸਾਹਿਬ ਕਸ਼ਮੀਰ ਸਿੰਘ ਸੋਹਲ ਮੇਰਾ ਆਸ਼ੀਰਵਾਦ ਦੇਣ ਆਏ, ਇਸ 'ਤੇ ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਅਤੇ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੀ ਹਾਂ।